अपनी प्रैक्टिस कर ला बिलकुल तू अच्छा काम ही करना है जुतियां भी खानियां ने जे जुतियां खा के तू रह गया ਤੁਸੀਂ ਅਗਰ ਇੰਟਰਵਿਊ ਲਾਡੇ ਦਾ ਕੀਤਾ ਤਾਂ ਉਹਨੇ ਅਗਰ ਉਹਦੀ ਜਿਹਨਾਂ ਨੇ ਹੈਲਪ ਕੀਤੀ ਤਾਂ ਉਹਨਾਂ 'ਚੋਂ ਉਹਨੇ ਮੇਰਾ ਨਾਮ ਵੀ ਲਿੱਤਾ ਸੀ ਦੱਸ ਰਹੀ ਹੈ ਨਾ ਇਹ ਕਿਸੇ ਚੈਨਲ 'ਤੇ ਵੀ ਔਨੀਅਰ ਨਹੀਂ ਔਰ ਕਿਸੇ ਚੈਨਲ ਵਾਲਿਆਂ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਜੋ ਸੀ ਹਸਬੇ ਤਫੀਕ ਨੂੰ ਦਿੱਤਾ ਇੱਕ ਦਫ਼ਾ ਫਿਰ ਫੋਨ ਆਇਆ ਬੋਸ ਮੇਰਾ ਇਹ ਪ੍ਰੋਬਲਮ ਹੈ ਕਿ ਓਕੇ ਆ ਜਾ ਫਿਰ ਆਇਆ ਫਿਰ ਉਹਨੂੰ ਮੈਂ ਮਿਲਿਆ ਬਿਸਮਿਲ੍ਲਾਹਿ ਰਹਿਮਾਨ ਰਹੀਮ ਨਾਜ਼ਰੀਨ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗ ਏ ਬੀ ਏ ਜੀ ਟੀ ਵੀ ਦੀ ਤਰਫੋਂ ਔਰ ਨਾਜ਼ਰੀਨ ਮੈਂ ਮੌਜੂਦ ਹਾਂ ਅੱਜ ਲਾਹੌਰ ਔਰ ਕੁਛ ਦਿਨ ਪਹਿਲੇ ਤੁਸੀਂ ਇੱਕ ਵਾਕਿਆ ਦੇਖਿਆ ਮੇਰੇ ਚੈਨਲ 'ਤੇ ਵੀ ਤੁਸੀਂ ਇੰਟਰਵਿਊ ਦੇਖੇ ਔਰ ਕਾਫੀ ਚੈਨਲਸ 'ਤੇ ਇੱਕ ਡਾਂਸ ਡਾਇਰੈਕਟਰ ਲਾਡਾ ਸਾਹਿਬ ਅਤੇ ਲਾਡਾ ਸਾਹਿਬ ਨੇ ਚੂੰਕਿ ਮੈਂ ਵੀ ਗਿਆ ਮੈਨੂੰ ਵੀ ਪਤਾ ਚੱਲਿਆ ਕਿ ਉਹਨਾਂ ਨਾਲ ਪ੍ਰੋਬਲਮ ਹੋਇਆ ਸੋ ਉਹਨਾਂ ਦਾ ਜੋ ਮੈਨੂੰ ਦੱਸਿਆ ਉਹਨੂੰ ਮੈਂ ਰਿਕਾਰਡ ਕੀਤਾ ਔਰ ਤੁਹਾਡੇ ਸਾਹਮਣੇ ਰੱਖਿਆ ਲੇਕਿਨ ਤਸਵੀਰ ਦੇ ਦੋਨੋਂ ਰੁੱਖ ਦੇਖਣੇ ਚਾਹੀਦੇ ਨੇ ਸੋ ਇਹਦੇ ਵਾਸਤੇ ਅਸੀਂ ਥੋੜ੍ਹੇ ਜਿਹੇ ਲੇਟ ਹੋ ਗਏ ਲੇਕਿਨ ਇਹ ਵੇਖ ਕੇ ਹਕੀਕਤ ਜਿਹੜੀ ਹੈ ਉਹ ਤਾਂ ਯਕੀਨੀ ਸਾਹਮਣੇ ਆ ਜਾਂਦੀ ਹੈ ਲੇਕਿਨ ਇਸ ਤੋਂ ਪਹਿਲੇ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਜਿਹਦੇ 'ਚ ਮੀਰਾ ਜੀ ਔਰ ਅਨਿਸ਼ ਰਾਦੀ ਜੀ ਇਹ ਦੋਨੋਂ ਗਏ ਖੈਰ ਉੱਥੇ ਜਿਹੜੀ ਗੱਲ ਹੋ ਸਕੀ ਉਸ ਗੱਲ ਨੂੰ ਜਿੰਨਾ ਕਲੀਅਰ ਕੀਤਾ ਗਿਆ ਹੋ ਸਕਿਆ ਲੇਕਿਨ ਅਸੀਂ ਚਾਹੁੰਦੇ ਸਾਂ ਕਿ ਅਸੀਂ ਇਹਨਾਂ ਨਾਲ ਪ੍ਰੋਪਰ ਇੱਕ ਨਿਸ਼ਚਿਤ ਜਿਹੜੀ ਹੈ ਉਸ ਹਵਾਲੇ ਨਾਲ ਕਰੀਏ ਕਿ ਆਇਆ ਕਿ ਇਹਦੀ ਹਕੀਕਤ ਕੀ ਹੈ ਐਨ ਜੀ ਓਜ਼ ਦੀ ਹਕੀਕਤ ਕੀ ਹੈ ਫੰਡਸ ਦੀ ਹਕੀਕਤ ਕੀ ਹੈ ਆਏ ਨੇ ਨਹੀਂ ਆਏ ਔਰ ਇਹ ਬਜ਼ਾਤੇ ਖੁਦ ਪਾਕਿਸਤਾਨ ਦੇ ਦੋ ਐਸੇ ਨਾਂ ਨੇ ਮੀਰਾ ਜੀ ਔਰ ਹਨੀਸ਼ ਆਜ਼ਾਦੀ ਕਿ ਆਪ ਆਪਣੀ ਇੱਕ ਸ਼ਨਾਖਤ ਨੇ ਪਾਕਿਸਤਾਨ ਤੋਂ ਬਾਹਰ ਵੀ ਲੋਕ ਇਹਨਾਂ ਨੂੰ ਜਾਣਦੇ ਨੇ ਪੂਰਾ ਪਾਕਿਸਤਾਨ ਜਾਣਦਾ ਅਤੇ ਹੁਣ ਮੇਰਾ ਕਹਿਣ ਦਾ ਮਤਲਬ ਇਹ ਵੇ ਕਿ ਇੰਨੀ ਸ਼ੁਹਰਤ ਰੱਖਣ ਵਾਲਾ ਬੰਦਾ ਲਾਜ਼ਮੀ ਗੱਲ ਹੈ ਕਿ ਹਰ ਕਦਮ ਉਹ ਫੋਂਕ ਫੋਂਕ ਕੇ ਰੱਖਦਾ ਲੇਕਿਨ ਮਿਸਟੇਕ ਕਿੱਥੇ ਹੋਈ ਕੀ ਹੋਇਆ ਇਸ ਹਵਾਲੇ ਨਾਲ ਅਸੀਂ ਗੱਲ ਕਰਾਂਗੇ ਅਤੇ ਦੌਰਾਨ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਰ ਮੀਰਾ ਜੀ ਚੂੰਕਿ ਸਾਨੂੰ ਬੜਾ ਇੰਤਜ਼ਾਰ ਸੀ ਕਿ ਮੀਰਾ ਜੀ ਜਿਹੜੇ ਨੇ ਉਹ ਇਸਲਾਮਾਬਾਦ ਨੇ ਅੱਜ ਉਹ ਅਗਰ ਆ ਜਾਂਦੇ ਤਾਂ ਉਹ ਵੀ ਨਾਲ ਬੈਠਦੇ ਲੇਕਿਨ ਅਸੀਂ ਮੀਰਾ ਜੀ ਨਾਲ ਫਿਰ ਵੀ ਇਨਸ਼ਾਅੱਲਾ ਮਿਲਣ ਦੀ ਕੋਸ਼ਿਸ਼ ਕਰਾਂਗੇ ਔਰ ਇਸ ਦੌਰਾਨ ਅਸੀਂ ਉਹਨਾਂ ਨੂੰ ਕਾਲ 'ਤੇ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹਨਾਂ ਦਾ ਕੋਈ ਥੋੜ੍ਹਾ ਜਿਹਾ ਜਿਹੜਾ ਉਹ ਆ ਜਾਵੇ ਕਿ ਉਹ ਕੀ ਕਹਿ ਰਹੇ ਨੇ ਠੀਕ ਹੈ ਜੀ ਅਤੇ ਉਹ ਗੱਲ ਕਰਨੇ ਹਾਂ ਹਨੀਸ਼ ਦਾਦੀ ਸਾਹਿਬਾਂ ਨਾਲ ਅਸਲਾਮ ਵਾਲੀਕੁਮ ਜੀ ਵਾਲੀਕੁਮ ਅਸਲਾਮ ਬਾਬਰ ਕੀ ਹਾਲ ਚਾਲ ਜੀ ਅਲਹਮਦੁਲਿਲਾ ਅੱਲਾਹ ਦਾ ਅਹਿਸਾਨ ਹੈ ਅਤੇ ਕੀ ਹਾਲ ਹੈ ਤੁਹਾਡਾ ਜੀ ਅਲਹਮਦੁਲਿਲਾ ਪਹਿਲੇ ਨਾਲ ਤਾਂ ਚੰਗੇ ਹੋਣ ਵਧੀਆ ਠੀਕ ਅਲਹਮਦੁਲਿਲਾ ਅੱਛਾ ਜੀ ਅਸੀਂ ਚੱਲਾਂਗੇ ਕਿ ਜਿਹੜਾ ਲਾਡੇ ਦਾ ਇੱਕੋ ਸਕੈਂਡਲ ਮਤਲਬ ਸਕੈਂਡਲ ਬਣ ਗਿਆ ਜੀ ਜੀ ਐਵੇਂ ਹੀ ਬਣ ਗਿਆ ਮੁਫਤ 'ਚ ਮੁਫਤ 'ਚ ਹੀ ਬਣ ਗਿਆ ਮੁਫਤ 'ਚ ਬਣ ਗਿਆ ਕੋਈ ਐਸਾ ਇਸ਼ੂ ਨਹੀਂ ਸੀ ਅਤੇ ਕੀ ਇਹਦੀ ਹਕੀਕਤ ਕੀ ਹੈ ਬਾਬਰ ਐਕਚੁਅਲ ਗੱਲ ਹਕੀਕਤ ਜਿਹੜੀ ਹੈ ਨਾ ਕਿ ਮੌਲਾ ਅਲੀ ਸਰਕਾਰ ਦਾ ਫਰਮਾਨ ਵੀ ਹੈ ਕਿ ਜਿਸ ਪੇ ਅਹਿਸਾਨ ਕਰੋ ਉਸਕੇ ਸ਼ਰ ਸੇ ਬਚੋ ਜੀ ਮੌਲਾ ਅਲੀ ਦਾ ਫਰਮਾਨ ਹੈ ਔਰ ਬੀ ਗਏ ਫਰੈਂਡ ਮੇਰਾ ਕਿ ਮੇਰੀ ਦੋਸਤ ਹੈ ਅਤੇ ਮੈਂ ਇਸ ਚੀਜ਼ ਦੀ ਤਰਦੀਦ ਇਸ ਵਾਸਤੇ ਕਰਾਂਗੀ ਕੋਈ ਮੈਂ ਉਹਦੀ ਵਕੀਲ ਨਹੀਂ ਉਹ ਮੇਰੀ ਦੋਸਤ ਹੈ ਔਰ ਦੋਸਤ ਦੋਸਤਾਂ ਵਾਸਤੇ ਖੜ੍ਹੇ ਹੁੰਦੇ ਨੇ ਸਟੈਂਡ ਲੈਂਦੇ ਨੇ ਅਗਰ ਰਾਈਟਸ ਦੇ ਹੋਣ 'ਤੇ ਕਿ ਮੈਂ ਵਿਟਨੈਸ ਹਾਂ ਇਸ ਚੀਜ਼ ਦੀ ਮੈਂ ਇਸ ਚੀਜ਼ ਦੀ ਗਵਾਹੀ ਇਸ ਵਾਸਤੇ ਦੇ ਰਹੀ ਹਾਂ ਕਿ ਮੈਂ ਅੱਲਾ ਨੂੰ ਜਾਣ ਦੇਣੀ ਹਾਂ ਕਿ ਮੈਂ ਵਿਟਨੈਸ ਉਹਨਾਂ ਦਿਨਾਂ 'ਚ ਮੇਰਾ ਅਮੈਰੀਕਾ ਤੋਂ ਵਾਪਸ ਆਈ ਸੀ ਆਣ ਕੇ ਨਾ ਮੇਰਾ ਮੇਰੇ ਨਾਲ ਹੀ ਰਹਿ ਰਹੀ ਸੀ ਘਰ ਮੇਰੇ ਯਾਨੀ ਕਿ ਉਹ ਇਕੱਲੀ ਸੀ ਉੱਧਰ ਘਰ 'ਤੇ ਅਸੀਂ ਦੋਸਤ ਹਾਂ ਚੋਂਗੇ ਅਤੇ ਅਸੀਂ ਟਾਈਮ ਸਪੈਂਡ ਕਰਨਾ ਹੁੰਦਾ ਤੁਹਾਨੂੰ ਪਤਾ ਤੁਸੀਂ ਵੀ ਆਰਟਿਸਟ ਹੋ ਖੁਦ ਕਿ ਅਸੀਂ ਆਪਸ 'ਚ ਹੀ ਬੈਠਨੇ ਅਤੇ ਉਹ ਮੇਰੇ ਵਾਲੇ ਸੀ ਅਸੀਂ ਮੋਸਟਲੀ ਤਕਰੀਬਨ ਇੱਕ ਦੋ ਮਹੀਨੇ ਨਾ ਮੁਹਰਮ ਆ ਗਏ ਫਿਰ ਅਸੀਂ ਮਜਲਸਾਂ 'ਤੇ ਜਾਣਾ ਇਮਾਮ ਬਰਗਾ ਜਾਣਾ ਅਸੀਂ ਇਕੱਠੇ ਸਾਂ ਇਸ ਤੋਂ ਦੌਰਾਨ ਨਾ ਇਹ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਲਾਡਾ ਇਹਨਾਂ ਨੇ ਨਾ ਜਦੋਂ ਕਰੋਨਾ ਦਾ ਆਇਆ ਸਿਸਟਮ ਸਾਰਾ ਅਤੇ ਬੜਾ ਬੈਡ ਐਕਸਪੀਰੀਅੰਸ ਰਿਹਾ ਹਰ ਬੰਦੇ ਦਾ ਅੱਲਾ ਪਾਕ ਹੁਣ ਵੀ ਇਸ ਤੋਂ ਮਹਿਫੂਜ਼ ਰੱਖੇ ਅਤੇ ਜਿਤਨੀ ਵੀ ਹੋ ਸਕੇ ਨਾ ਤੁਸੀਂ ਅਗਰ ਇੰਟਰਵਿਊ ਲਾਡੇ ਦਾ ਕੀਤਾ ਤਾਂ ਉਹਨੇ ਅਗਰ ਉਹਦੀ ਜਿਨ੍ਹਾਂ ਨੇ ਹੈਲਪ ਕੀਤੀ ਤਾਂ ਉਹਨਾਂ 'ਚ ਉਹਨੇ ਮੇਰਾ ਨਾਮ ਵੀ ਲਿੱਤਾ ਸੀ ਤੁਸੀਂ ਇੱਕ ਵਾਰੀ ਉਸ ਇੰਟਰਵਿਊ ਨੂੰ ਚੁੱਕ ਕੇ ਵੇਖਣਾ ਕਿ ਉਹਨਾਂ ਨੇ ਕਿਹਾ ਸੀ ਕਿ ਮੈਡਮ ਹਨੀਸ਼ ਆਜ਼ਾਦੀ ਚਾਰ ਪੰਜ ਲੋਕਾਂ ਦਾ ਨਾਂ ਲਿੱਤਾ ਜਿਨ੍ਹਾਂ 'ਚੋਂ ਇੱਕ ਮੈਂ ਵੀ ਸਾਂ
जितने जोगे सी हेल्प कर दी जिदी जिदी जिथे जिथे जिन्ने जोगे सी और अल्लाह की जात फरमा दी किसी की मदद करो किसी को पता ना चले दूसरे इंसान को मैं की। और इस दौरान ना लाडे का फोन ना मीरा नू आंदा क्योंकि मीरा मेरे नाल सी। मैं विटनेस इस चीज़ की देना चाह रही और यह जो गल मैं तुहाडे चैनल पर लाइव दस रही है ना यह किसी चैनल पर भी ऑनियर नहीं और किसी चैनल वाले नू यह गल का पता भी नहीं। असं उस दिन प्रेस कॉन्फ्रेंस भी की थी, मैं इस वास्ते नाल गल का जवाब उन्होंने दे रही थी कि मैं इस चीज़ की चलो मेरा जी भुल सकते हैं उन्होंने लोग कहते कि वह गलत समझ नहीं आती कोई गल ऐसी। मैं तो अलहमदुल्ला परफेक्ट हर चीज़ का जवाब देनी है ना, मेरे वालों तो इस चीज़ का डाउट नहीं है ना कि मैं किसी चीज़ को भुल जावगी। वो लाडे का फोन आता कि मेरे ना घर बहुत हालात खराब ने। उस पहले दो दफ़ा लाडा मैं मिल चुक है, मैं जो सी हसबे तफीक नूं दिता एक दफ़ा, फिर फोन आया बॉस मेरा है प्रॉब्लम में क्योंकि आ जा, फिर आया फिर उन्होंने मैं मिले दो दफा। तीसरी दफ़ा उन्हें मीरा जी ने जो तो कॉल की थी है ना मीरा जी ने, मैंने तो दो दफ़ा मिले तो उन्हों मीरा बेसिकली बड़ी सेंसिटिव है ओरिजिनल, वो बहुत अच्छी खातून है बहुत अच्छी लड़की है और जो नज़र आती वो है नहीं होती बेसिकली। उन्हें ना उन्होंने कॉल किया, कॉल करके तो मेरे घर नहीं, मेरे घर वाले ने किराया नहीं, मैं मालिक मकान ने कट दिता, मेरे बच्चे ने, मैं सड़क पर चला जावगा, मैं इंज कर ला। मैं उन्हें कहा तू मेरे वाल आ जा, मीरा ने कहा। लाडा छे बच्चे मियाँ बीवी अठ जाने, तीन महीने मीरा दे घर रहे ने और उन्हें अपने घर की अपनी कोठी से जी डबल जी दे डिफेंस के उतले पोर्शन च ए सी वाला कमरा उन्होंने दिता हुआ सी। और लाडे ने उस टाइम ड्यूरिंग कोविड जदों कोरोना का पीरियड चल रहा सी उहदे च लाडे ने एआरवाई जियो दुनिया कितने ऐसे चैनल्स ने जिन्हां ते इंटरव्यू दिता है, उन्हें यह गल कहा कि मीरा जी की जुत्तियां दे सदके अज मैं जिथे बैठा है या मेरे बच्चे रोटी खा रहे ने ते मीरा जी की वजह नाल है। वो बंदा उदी शुक्रिया अदा कर रहा है ते बाद वो बंदा चार महीने पाँच छः महीने बाद जाके उन्हों कह रहा है कि मीरा ने जकात के पैसे लिते, मीरा ने मेरी वजह तो लोगों को पैसे इकट्ठे किए। अच्छा मैं उस दिन प्रेस कॉन्फ्रेंस जिस दिन की ना इसी गल का मेरा समझ नहीं सी आ रही और मैं इसी गल प्रॉपर बार बार कर रही सी, पूछना चाह रही सी कि कोई प्रूफ दियो। तीन चार महीने उन्हें घर रख्या, वो सी उन्हें वो जात नेकी की, नेकी का सिला मिलिया लाडे वालों उन्हों कि उन्हों इमोशनल ब्लैकमेल किया गया। बेसिकली मेरा एक दलेर ने बहुत डर पो के वो फेस नहीं कर सकती किसी ऐसी चीज़, ऐसे इल्जाम फेस नहीं कर सकती वो, बेसिकली वो नहीं कर सकती इन्ह चीज़ों। उन्होंने जोड़ा हट किया ना जोड़ा वो कह रही कि मैं बुरी हाँ, मैं सारी दुनिया नालों ज़्यादा बुरी, मेरी कह दौ गंदियां फिल्मां, मेरे कह दौ गंदे गाने, मेरे कह दौ करैक्टर गंदा, मेरे कह दौ विआह पजा होए ने, मेरे कुछ भी मैं दुनिया का कह दो, मैनू कबूल है, मैनू डर नहीं किसी चीज़ का। अगर तुम कहोगे ना कि मीरा ने जकात ली है तो यह मैं बर्दाश्त नहीं कर सकती। मेन प्रॉब्लम मीरा की यह चीज़ सी और यही हकीकत है, वो यह उन्हें एक पैने भी नहीं उन्हें ली किसी को, अगर कोई ली हो अज प्रेस कॉन्फ्रेंस में भी दिन हो चले ने मैक्सीम 15 तो 20 दिन हो गए हूँ तक किसी कोई प्रूफ नहीं विटनेस नहीं आई। एक गल लाइव कही सी कि अगर कोई बंदा इस चीज़ का प्रूफ दे देगा तो जो चोर की सजा आवाम जो सजा देगी उन्हें कैसे वो मैनू कबूल है। लेकिन जरा मनु लाडे ने इंटरव्यू दिता कहें जी वो सानू रोजाना जरा मतलब मीडिया वाले दिखाया जाता सी, मीडिया वाले बुला के तो मतलब दसाया जाता सी जी मैं जड़ा जी ए अपना की होंदा है होम मतलब मैं जड़ा घर है घर दे विच मैं चौकीदार बन के बैठा सी जड़ा इंटरव्यू और मैं ए जड़ा घर है मीरा दे घर ना चार तो पांच मुलाजम ड्राइवर मीरा दा मुंडा एक सेक्रेटरी ओदा ओ लैदा काम वाली लैदा मासी पटानी है ठीक है जी ओदे बच्चे लैदा अठ लोग अठ फैमिली मैंबर। बाबा जी मैं तेरे घर चले मैं आर्टिस्ट हाँ तुम मेरा एक दिन का खर्चा अफोर्ड करोगे या दो दिन उस तो बाद बैकअप एक दिन भी सानू अफोर्ड करना मुश्किल है जी बहुत मुश्किल है जो दौर जा रहा है अजकल का दौर है
ਕਿਉਂਕਿ ਸਾਡਾ ਖਾਣਾ ਵੀ ਅਸੀਂ ਖਾਣਾ ਵੀ ਪੀਣਾ ਵੀ ਸਾਡੀ ਮਿੰਟ ਮਿੰਟ ਬਾਅਦ ਫਰਮਾਇਸ਼ਾਂ ਵੀ ਜ਼ਰੂਰੀਅਤ ਵੀ ਔਰ ਜਦੋਂ ਸਪੈਸ਼ਲੀ ਤੁਹਾਡੇ ਬੱਚੇ ਹੋਣਗੇ ਨਾ ਇੱਕ ਬੰਦਾ ਤਾਂ ਤੁਸੀਂ ਅਫੋਰਡ ਕਰ ਲਓਗੇ ਜਦੋਂ 8 ਲੋਕਾਂ ਨੂੰ ਤੁਸੀਂ ਇੱਕ ਟਾਈਮ 'ਤੇ ਮੇਰੇ ਫੈਮਿਲੀ ਮੈਂਬਰ ਅਗਰ 8 ਨੇ ਨਾ ਤਾਂ ਮੈਂ 8,000 ਵਾਰੀ ਉਹਨਾਂ ਨਾਲ ਲੜਾਂਗੀ ਕਿਉਂਕਿ ਇਤਨੀ ਗੁਰਬਤ ਹੈ ਇਤਨੀ ਮਹਿੰਗਾਈ ਹੈ ਕਿ ਉੱਤੋਂ ਕਰਾਉਣਾ ਹੈ ਨਾ ਸਾਡੇ ਕੰਮ ਨੇ ਅਸੀਂ ਆਰਟਿਸਟ ਹਾਂ ਜਿਸ ਚੀਜ਼ ਨਾਲ ਅਸੀਂ ਰਿਲੇਟਡ ਹਾਂ ਸ਼ੋਬਿਜ਼ ਦੇ ਅਸੀਂ ਲੋਕ ਹਾਂ ਨਾ ਸਾਡੇ ਥੀਏਟਰ ਚੱਲ ਰਹੇ ਸਨ ਨਾ ਸਾਡੀਆਂ ਫਿਲਮਾਂ ਚੱਲ ਰਹੀਆਂ ਸਨ ਨਾ ਸਾਡੇ ਟੀਵੀ ਪ੍ਰੋਗਰਾਮ ਚੱਲ ਰਹੇ ਸਨ ਕੁਝ ਵੀ ਨਹੀਂ ਸੀ ਕਰੋਨਾ ਨੇ ਤੇ ਮਜ਼ੀਦ ਦੇਖੋ ਨਾ ਜੀ ਹਰ ਬੰਦਾ ਡਰ ਗਿਆ ਸੀ ਕਿ ਪੀਰੀਅਡ ਕਿੰਨਾ ਲੰਮਾ ਹੈ ਕਿੰਨਾ ਲੰਮਾ ਤੇ ਮੇਰੇ ਕੋਲ ਸਟਾਰਟ ਦੇ ਤੇ ਹੋਇਆ ਹੈ ਜਦੋਂ ਕਰੋਨਾ ਆਇਆ ਹੈ ਉਹ ਜਿਹਦੇ ਕੋਲ 4 ਰੋਟੀਆਂ ਸਨ ਉਹਨੇ 2 ਕਿਸਮ ਦੇ ਦਿੱਤੀਆਂ ਉਹਨੇ ਕਹਿੰਦੇ ਕਿਹੜਾ ਸਦਾ ਰਹਿਣਾ ਹੈ ਸਦਾ ਮੈਂ ਵੀ ਇੰਜ ਕੀਤਾ ਠੀਕ ਹੈ ਉਹਨਾਂ 'ਚ ਇੱਕ ਮੈਂ ਔਰ ਉਹ ਤੁਹਾਡੇ ਜੈਸੇ ਸਾਡੇ ਜੈਸੇ ਕਈ ਹੋਰ ਸਫੇਦ ਪੋਸ਼ ਲੋਕ ਜਿਹੜੇ ਨੇ ਉਹ ਵਿਚਾਰੇ ਆਪ ਇਸ ਸਤਾ ਤੇ ਪਹੁੰਚ ਗਏ ਕਿ ਉਹਨਾਂ ਕਿਸੇ ਨੂੰ ਕਨਸੰਜ ਪੁੱਛਿਆ ਕਿ ਯਾਰ ਕੋਈ ਖਿਆਲ ਕਰੋ ਸਾਡਾ ਖਿਆਲ ਕਰੋ ਸਾਡਾ ਉਹਨਾਂ ਕਿਹਾ ਜੀ ਤੁਸੀਂ ਤੇ ਸਾਰਿਆਂ ਦਾ ਕਰ ਰਹੇ ਸੋ ਅਸੀਂ ਇਸ ਭੁਲੇਖੇ 'ਚ ਕਰ ਰਹੇ ਸੀ ਜਾਂ ਕੀਤਾ ਇੱਕ ਤਾਂ ਅੱਲਾ ਦੀ ਰਜ਼ਾ ਵਾਸਤੇ ਪਹਿਲੇ ਨੰਬਰ ਦੂਸਰਾ ਇਹ ਸੀ ਕਿ ਸ਼ਾਇਦ ਮਹੀਨਾ 2 ਮਹੀਨੇ ਦਾ ਟਾਈਮ ਹੈ ਅੱਲਾ ਪਾਕ ਸਭ 'ਤੇ ਕਰਮ ਕਰੇ ਅਸੀਂ ਇਸ ਚੀਜ਼ ਤੋਂ ਬਾਹਰ ਨਿਕਲਾਂਗੇ ਇਹ ਤਾਂ ਅਸੀਂ ਸੋਚਿਆ ਹੀ ਨਹੀਂ ਸੀ ਕਿ ਅਸੀਂ ਇੱਕ ਸਾਲ 8 ਮਹੀਨੇ ਜਿਹੜੇ ਨੇ ਇਸ ਟਾਈਮ 'ਚ ਗੁਜ਼ਾਰ ਰਹੇ ਨੇ ਅਤੇ ਐਂਡ ਆਫ ਦੀ ਡੇ ਸਾਡੇ ਨਾਲ ਕੀ ਹੋਣਾ ਇਹ ਤਾਂ ਅਸੀਂ ਸੋਚਿਆ ਹੀ ਨਹੀਂ ਜੋ ਸਾਡੇ ਨਾਲ ਹੋ ਰਿਹਾ ਅਤੇ ਮੀਰਾ ਜੀ ਨੇ ਤਾਂ ਜਿਹੜੀ ਅੱਲਾ ਤਵੱਕਲ ਉਹਨੇ ਅੱਲਾ ਦੀ ਰਜ਼ਾ ਵਾਸਤੇ ਉਸ ਬੰਦੇ ਦੇ ਉੱਤੇ ਅਹਿਸਾਨ ਕੀਤਾ ਜਾਂ ਉਸ ਬੰਦੇ 'ਤੇ ਵਾਸਤੇ ਰਹਿਮ ਕੀਤਾ ਉਹਦਾ ਉਹਨੇ ਰਿਜ਼ਲਟ ਇਹ ਦਿੱਤਾ ਕਿ ਉਹਨੂੰ ਕਹਿਤਾ ਕਿ ਉਹ ਜੀ ਸਾਡੇ ਸਾਨੂੰ ਵਿਖਾ ਕੇ ਪੈਸੇ ਲੈਂਦੀ ਮੀਡੀਆ ਵਾਲਿਆਂ ਨੂੰ ਅਗਰ ਦਿਖਾਇਆ ਜਾ ਰਿਹਾ ਸੀ ਨਾ ਤੁਸੀਂ ਬਾਬਾ ਜੀ ਇੱਕ ਵਾਰੀ ਮੇਰੇ ਕਹਿਣ ਦੇ ਉੱਤੇ ਨਾ ਪ੍ਰੋਗਰਾਮ ਦੇਖਣਾ ਮੀਰਾ ਦੇ ਔਰ ਲਾਡੇ ਦੇ ਉਹਨਾਂ ਦੇ ਵਿੱਚ ਲਾਡਾ ਸਾਹਿਬ ਖੁਦ ਫਰਮਾ ਰਹੇ ਨੇ ਕਿ ਮੇਰਾ ਫੋਨ ਨੰਬਰ ਫਲਾਂ 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 ਹੈ ਆਪਣਾ ਨੰਬਰ ਦੇ ਰਿਹਾ ਕਿ ਉਹ ਮੀਰਾ ਉਹਨੂੰ ਕਹਿ ਰਹੀ ਹੈ ਲੋਕਾਂ ਨੂੰ ਆਵਾਮ ਨੂੰ ਅਪੀਲ ਕਰੀ ਕਿ ਜਿਹਨੇ ਕਿਸੇ ਨੇ ਦੀ ਹੈਲਪ ਕਰਨੀ ਹੈ ਤੁਸੀਂ ਹੈਲਪ ਕੋਈ ਵੀ ਕਰਨਾ ਚਾਹੇ ਨਾ ਇਹਦੇ ਨੰਬਰ 'ਤੇ ਡਾਇਰੈਕਟ ਇਹਨੂੰ ਕਾਲ ਕਰਕੇ ਇਹਦੀ ਜੋ ਹੋ ਸਕੇ ਹੈਲਪ ਕਰੋ ਯਾਰ ਇੱਕ ਨੰਬਰ ਤੇਰਾ ਦੁਨੀਆ 'ਚ ਤੇਰਾ ਇੱਕ ਸਟਾਰ ਤੇਰੇ ਵਰਗੇ ਬੰਦੇ ਨੂੰ ਖਲੋ ਕੇ ਸਪੋਰਟ ਕਰ ਰਹੀ ਹੈ ਮੈਂਸ਼ਨ ਕਰ ਰਹੀ ਹੈ ਅਤੇ ਹੋਰ ਤੈਨੂੰ ਕੀ ਚਾਹੀਦਾ ਅਤੇ ਤੂੰ ਉਹਦੇ ਅਹਿਸਾਨਾਂ ਦਾ ਬਦਲਾ ਵੇਖੋ ਕੀ ਦੇ ਰਹੇ ਨਾਜ਼ਰੀਨ ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪ੍ਰੋਗਰਾਮ ਦੇਖ ਰਹੇ ਹੋ ਔਰ ਅਲਹਮਦੁਲਿਲਾ ਤੁਹਾਨੂੰ ਪਤਾ ਮੈਂ ਜਿੰਨੀ ਐਫਰਟ ਕਰਨਾ ਔਰ ਕਿੰਨਾ ਕਿੰਨਾ ਲੋਕਾਂ ਦੀ ਮੈਂ ਹੈਲਪ ਕੀਤੀ ਫਿਰ ਤੁਸੀਂ ਉਹ ਵੀ ਵੀਡੀਓ ਦੇਖੀਆਂ ਕਿ ਜਿਹੜੀਆਂ ਮੇਰੇ ਖਿਲਾਫ ਬਣਾਈਆਂ ਗਈਆਂ ਲੇਕਿਨ ਸਾਡੇ ਬਹੁਤ ਹੀ ਸੀਨੀਅਰ ਆਰਟਿਸਟ ਜਵਾਦ ਵਸੀਮ ਸਾਹਿਬ ਬੜੇ ਅੱਲਾ ਦੇ ਪਿਆਰੇ ਜੀ ਨੇ ਅਤੇ ਉਹ ਜਿਸ ਦਿਨ ਇਹ ਕੰਮ ਸ਼ੁਰੂ ਕੀਤਾ ਸੀ ਨਾ ਜੀ ਅਤੇ ਉਹਨਾਂ ਨੇ ਮੈਨੂੰ ਬੜਾ ਪੱਕਾ ਕਰ ਦਿੱਤਾ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਗਰ ਇਹ ਕੰਮ ਸ਼ੁਰੂ ਕਰ ਲਿਆ ਜੀ ਅਤੇ ਹੁਣ ਜਿਹੜਾ ਨਾ ਜੁੱਤੀਆਂ ਵਾਸਤੇ ਵੀ ਤਿਆਰ ਰਹੀ ਇਹ ਆਪਣੀ ਪ੍ਰੈਕਟਿਸ ਕਰ ਲੈ ਬਿਲਕੁਲ ਕਿ ਤੂੰ ਅੱਛਾ ਕੰਮ ਵੀ ਕਰਨਾ ਅਤੇ ਜੁੱਤੀਆਂ ਵੀ ਖਾਣੀਆਂ ਨੇ ਅਤੇ ਜੇ ਜੁੱਤੀਆਂ ਖਾ ਕੇ ਅਤੇ ਤੂੰ ਰਹਿ ਗਿਆ ਲੇਕਿਨ ਦੂਸਰੀ ਗੱਲ ਇਹ ਜਿਹੜੇ ਕਹਿੰਦੇ ਨਾ ਜੀ ਅੱਲਾ ਦੇ ਨਬੀ ਜਿਹੜੇ ਸਨ ਉਹ ਇਲਮ ਦਾ ਸ਼ਹਿਰ ਸਨ ਔਰ ਹਜ਼ਰਤ ਅਲੀ ਜਿਹੜੇ ਨੇ ਰਜ਼ੀ ਅੱਲਾ ਅਨਹੁ ਉਹ ਇਲਮ ਦਾ ਦਰਵਾਜ਼ਾ ਔਰ ਜਿੰਨਾ ਕਿਲਮ ਔਰ ਐਸੇ ਐਸੇ ਸਵਾਲ ਆ ਜਿਸ ਤਰ੍ਹਾਂ ਉਹਨਾਂ ਨੂੰ ਕੀਤੇ ਗਏ ਕਿ ਜਿਨ੍ਹਾਂ ਦਾ ਸ਼ਾਇਦ ਕੋਈ ਸਦੀਆਂ ਜਵਾਬ ਨਹੀਂ ਦੇ ਸਕਦਾ ਅਤੇ ਉਹ ਇੱਕ ਪਲ 'ਚ ਉਹਨਾਂ ਜਵਾਬ ਦਿੱਤਾ ਅਤੇ ਫਿਰ ਉਹਨਾਂ ਦਾ ਕੌਲ ਹੈ ਕਿ ਜਿਹਦਾ ਤਨੇਕੀ ਕਰੋ ਉਹਦੀ ਸ਼ਰਤ ਤੋਂ ਬਚੋ ਅਤੇ ਇਹਦੇ 'ਚ ਕੁਛ ਤਾਂ ਹਕੀਕਤ ਹੈ ਸੀ ਨਾ ਨਾਲੇ ਉਹਨਾਂ ਦੀ ਕਈ ਗੱਲ ਕਿਸ ਤਰ੍ਹਾਂ ਉਹਦੇ 'ਚ ਠੀਕ ਨਹੀਂ ਹੋ ਸਕਦੀ ਜਾਂ ਉਹਦੇ 'ਚ ਕੋਈ ਫਰਕ ਹੋ ਸਕਦਾ ਅਤੇ ਉਹ ਸਾਨੂੰ ਇਸ ਗੱਲ 'ਤੇ ਹੀ ਮਾਨ ਰੱਖਣਾ ਚਾਹੀਦਾ ਕਿ ਜਿਹਦੇ ਨਾਲ ਨੇਕੀ ਕਰਨੀ ਹੈ ਉਹਦੀ ਸ਼ਰਤ ਤੋਂ ਵੀ ਬਚਣਾ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਲੇਕਿਨ ਉਹ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਉੱਥੇ 3 ਮਹੀਨੇ ਰਹੇ ਹੋ ਅਤੇ ਫਿਰ ਤੁਹਾਨੂੰ ਚਾਹੀਦਾ ਸੀ ਕਿ ਜਦੋਂ ਤੁਹਾਨੂੰ ਉਹਨਾਂ ਨੇ ਉਹ ਕਹਿੰਦੇ ਨੇ ਜੀ ਮੈਨੂੰ ਉਹਨਾਂ ਨੇ ਕਿਹਾ ਸੀ ਤੁਹਾਨੂੰ ਨਗਦ ਪੈਸੇ ਔਰ ਇੱਕ ਜਿਹੜਾ ਚੰਦ ਮਰਲੇ ਦਾ ਮਕਾਨ ਜਿਹੜਾ ਸਰ ਉਹ ਉਹਦੀ ਜ਼ਾਤੀ ਖੁਆਇਸ਼ ਹੈ ਵੀ ਤੈਨੂੰ ਇੰਨੇ ਸਾਲ ਹੋ ਗਏ ਡਾਂਸ ਕਰਦਿਆਂ ਤੂੰ ਹਰ ਰੰਗ ਰੰਗ ਦੀ ਮੈਡਮਾਂ ਦੇ ਪਿੱਛੇ ਕੰਮ ਕੀਤਾ ਤੈਨੂੰ ਇੰਨੇ ਸਾਲ ਹੋ ਗਏ ਨੇ ਮੀਰਾ ਦੇ ਨਾਲ ਤਾਂ ਤੂੰ ਕੰਮ ਹੀ ਨਹੀਂ ਕੀਤਾ ਮੀਰਾ ਨਾਲ ਤੇਰਾ ਤਾਲੁਕ ਹੀ ਕੋਈ ਨਹੀਂ ਨਾ ਤੂੰ ਮੀਰਾ ਦਾ ਉਸਤਾਦ ਨਾ ਤੂੰ ਮੀਰਾ ਨਾਲ ਕੰਮ ਕਰਨ ਵਾਲਾ ਤੇਰੇ ਇੱਕ ਮੀਰਾ ਅੱਲਾ ਵਾਸਤੇ ਤੇਰੀ ਮਦਦ ਕਰ ਰਹੀ ਹੈ
ਤੂੰ ਉਹਦੇ ਤੋਂ ਕਿਸ ਚੀਜ਼ ਦੀ ਉਮੀਦ ਲਾ ਕੇ ਬੈਠਾਂਗਾ? ਤੈਨੂੰ 5 ਮਰਲੇ ਦਾ ਘਰ ਲੈ ਕੇ ਦੇਵੇ, ਉਹ ਕਿੱਥੋਂ ਲੈ ਕੇ ਦੇਵੇ? ਮੇਰਾ ਵੀ ਤੇ ਆਰਟਿਸਟ ਹੀ ਹੈ ਨਾ ਜੀ। ਜੀ ਆਰਟਿਸਟ, ਠੀਕ ਹੈ ਨਾ ਵੀ, ਤੈਨੂੰ ਕਿੱਥੋਂ ਲੈ ਕੇ ਦੇਵੇ? ਤੂੰ ਉਹਦਾ ਉਸਤਾਦ, ਤੂੰ ਜਿਹਨਾਂ ਨਾਲ ਕੰਮ ਕੀਤਾ, ਜਾਂ ਤੇਰੇ, ਤੂੰ ਪਤਾ ਨਹੀਂ ਕਿਤਨੇ ਲੋਕ ਨੇ ਤੇਰੇ ਕੰਮ ਕਰਨ ਵਾਲੇ, ਤੂੰ ਉਹਨੂੰ ਬਲੈਕਮੇਲ ਕਰ ਰਿਹਾ। ਮੀਰਾ ਨੂੰ ਫੋਨ ਕਰਕੇ ਕਹਿ ਰਿਹਾ ਕਿ ਮੈਨੂੰ 50,000 ਰੁਪਏ ਭਜਵਾ, ਮੇਰੇ ਬੱਚਿਆਂ ਦਾ ਦੁੱਧ ਮੁੱਕਿਆ, ਮੈਨੂੰ 50,000 ਰੁਪਇਆ ਦੇ, ਮੈਂ ਇੰਝ ਕਰਨਾ, ਮੈਂ ਇੰਝ ਕਰ ਦਿਆਂਗੇ। ਤੂੰ ਉਲਟਾ ਉਹਨੂੰ ਇਮੋਸ਼ਨਲ ਬਲੈਕਮੇਲ ਕਰ ਰਿਹਾ ਕਿਉਂਕਿ ਉਹ ਡਰਪੋਕ ਹੈ ਤੇ ਤੂੰ ਗਲਤ ਕਰ ਰਿਹਾ। ਅੱਛਾ, ਕਾਲ ਕਰਕੇ ਇਹ ਗੱਲਾਂ ਵੀ ਕੀਤੀਆਂ ਗਈਆਂ? ਜੀ, ਇਹ ਗੱਲਾਂ ਵੀ ਕੀਤੀਆਂ ਗਈਆਂ। ਮੀਰਾ ਨੂੰ 50,000 ਮੈਨੂੰ ਭੇਜੋ ਮੈਨੂੰ। ਹਾਂ, ਅਗਰ ਨਾ ਭੇਜਿਆ ਤੇ ਫਿਰ ਮੈਂ ਜਿਹੜਾ ਹੈ। ਹਾਂਜੀ, ਤੇ ਉਹ ਉਹਨੇ ਜੋ ਕਰਨਾ ਸੀ ਉਹਨੇ ਮੀਡੀਆ ਦੇ ਸਾਹਮਣੇ ਆਣ ਕੇ ਕਿਹਾ। ਉਹਨੇ ਕਿਹਾ ਮੈਨੂੰ ਕਿਸ ਚੀਜ਼ ਦੀ ਟੈਨਸ਼ਨ? ਮੈਂ ਦੇਖੋ ਨਾ, ਉਹਨੂੰ ਪ੍ਰੋਬਲਮ ਤਾਂ ਇਸ ਵਾਸਤੇ ਹੁੰਦੀ ਨਾ ਕਿ ਹੁਣ ਤੱਕ ਕੋਈ ਪ੍ਰੂਫ ਤਾਂ ਦਿਓ ਨਾ, ਲਾਡਾ ਸੱਚਾ ਸੀ ਨਾ, ਪ੍ਰੂਫ ਦਿਓ ਕੋਈ 1 ਰੁਪਿਆ। ਉਹਨੇ ਆਪਣੀਆਂ ਟ੍ਰਾਂਜੈਕਸ਼ਨਾਂ ਆਪਣੀਆਂ 1-2 ਵਾਲੀ ਜਿਤਨੀਆਂ ਸੀ ਬੈਂਕ ਦੀਆਂ ਨਾ, ਉਸ ਦਿਨ ਮੀਡੀਆ ਦੇ ਵਿੱਚ ਸਾਹਮਣੇ ਲਿਜਾ ਕੇ ਰੱਖੀਆਂ। ਉਹਨੇ ਕਿਹਾ ਜੀ ਇਹ ਮੇਰੇ ਬੈਂਕ ਅਕਾਊਂਟ ਨੇ, ਇਹ ਮੇਰਾ ਅਕਾਊਂਟ ਹੈ, ਇਹ ਟ੍ਰਾਂਜੈਕਸ਼ਨ ਹੈ, ਇਹ ਮੇਰਾ ਜੋ ਵੀ ਹੈ, ਮੈਂ ਸਾਰੀ ਦੁਨੀਆ ਦੇ ਸਾਹਮਣੇ ਮੈਨੂੰ ਦੱਸ ਦਿਓ ਮੈਂ ਕਿਸੇ ਕੋਲੋਂ ਕੀ ਲਿਆ। ਠੀਕ ਹੋ ਗਿਆ, ਲੇਕਿਨ ਉਹ ਚੂੰਕਿ ਨਾਜ਼ਰ ਨੇ ਵੀ ਗੱਲ ਕਲੀਅਰ ਹੋ ਗਈ ਜੀ ਨੰਬਰ ਵਾਲੀ, ਕਿਉਂਕਿ ਪ੍ਰੈਸ ਕਾਨਫਰੰਸ ਵੀ ਗੱਲ ਕਲੀਅਰ ਨਾ ਹੋ ਸਕੀ। ਅਗਰ ਇੱਕ ਬੰਦੇ ਨੂੰ ਸਾਹਮਣੇ ਬਿਠਾ ਕੇ ਤੇ ਨੰਬਰ ਹੀ ਉਹਨੇ ਆਪਣਾ ਬੋਲ ਦਿੱਤਾ ਜਾਂ ਆਪਣਾ ਦੇ ਦਿੱਤਾ, ਤੇ ਉਹ ਮੀਰਾ ਨਾਲ ਕਿਸ ਤਰ੍ਹਾਂ ਰਾਬਤਾ ਹੋਏਗਾ ਜੀ? ਕਿਸ ਤਰ੍ਹਾਂ ਇਹ ਹੀ ਤੇ ਮੈਂ ਚੀਜ਼ ਵਾਰ-ਵਾਰ ਮੈਂਸ਼ਨ ਉਸ ਦਿਨ ਕਰਨ ਦੀ ਕੋਸ਼ਿਸ਼ ਕਰਦੀ ਸੀ ਕਿ ਜਿਹੜੀ ਗੱਲ ਕਿਸੇ ਹੋਰ ਪਾਸੇ ਚੱਲ ਪੈਂਦੀ ਸੀ ਕਿ ਨੰਬਰ ਲਾਡੇ ਨੇ ਕੋਈ 10 ਦਫਾ ਹਰ ਚੈਨਲ 'ਤੇ ਆਪਣਾ ਖੁਦ ਰਿਪੀਟ ਕੀਤਾ ਹੈ। ਔਰ ਬਾਬਾ ਜੀ ਆਫਟਰ ਬ੍ਰੇਕ ਜਾਂ ਆਫਟਰ ਸ਼ੋਅ ਮੈਂ ਤੁਹਾਨੂੰ ਹੁਣੇ ਉਹ ਪ੍ਰੋਗਰਾਮ ਚੈੱਕ ਕਰਾਵਾਂਗੀ, ਤੁਸੀਂ ਇੱਕ ਤਸੱਲੀ ਨਾਲ ਉਹ ਪ੍ਰੋਗਰਾਮ ਦੇਖੋ ਔਰ ਤੁਸੀਂ ਖੁਦ ਕਹੋਗੇ, ਫਿਰ ਤੁਸੀਂ ਮੇਰੇ ਖਿਆਲ 'ਚ ਜਾ ਕੇ ਲਾਡੇ ਨੂੰ ਗਿਰੇਬਾਨ ਤੋਂ ਪਕੜ ਕੇ ਕਹੋਗੇ ਕਿ ਤੂੰ ਮੇਰੇ ਚੈਨਲ 'ਤੇ ਬੈਠ ਕੇ ਇਹ ਕੀ ਬਿਆਨ ਦਿੱਤੇ ਸੀ ਅਤੇ ਇਹ ਵੇਖੀ ਜੀ। ਨਾਜ਼ਰੀਨ, ਜਿਹੜੀ ਹਕੀਕਤ ਉਹ ਸਾਰੀ ਤੁਹਾਡੇ ਸਾਹਮਣੇ ਨੇ ਕਿ ਜਿਸ ਤਰ੍ਹਾਂ ਲਾਡਾ ਸਾਹਿਬ ਨੇ ਕਿਹਾ ਜੀ ਮੇਰੇ ਨਾਲ ਕੋਈ ਪ੍ਰੋਮਿਸ ਕੀਤਾ ਸੀ, ਲੇਕਿਨ ਇਹ ਤਾਂ ਉਹਨਾਂ ਦੇ ਕਹਿਣਾ ਨਾ ਜੀ ਪ੍ਰੋਮਿਸ ਕੀਤਾ ਸੀ, ਅਤੇ ਮੀਰਾ ਜੀ ਨੇ ਸਾਨੂੰ ਘਰ ਲੈ ਕੇ ਗਏ, ਫਿਰ ਸਾਨੂੰ ਘਰੋਂ ਕੱਢ ਦਿੱਤਾ, ਰੋਡ 'ਤੇ ਬਿਠਾ ਦਿੱਤਾ। ਲੇਕਿਨ ਇਹ ਕਿਸੇ ਵੀ ਚੀਜ਼ ਦਾ ਉਹ ਕਹਿੰਦੇ ਨੇ ਜੀ ਕੋਈ ਸਬੂਤ ਅਗਰ ਉਹ ਪੇਸ਼ ਭਾਈ ਦੀ ਕਰ ਸਕਦੇ। ਅੱਜ 15-20 ਦਿਨ ਹੋ ਗਏ ਨੇ ਔਰ ਮੈਂ ਵੀ ਆਪਣੇ ਚੈਨਲ ਦੇ ਥਰੂ ਲਾਡਾ ਜੀ ਨੂੰ ਕਹਾਂਗਾ ਕਿ ਉਹ ਮੇਰੇ ਨਾਲ ਰਾਬਤਾ ਕਰ ਸਕਦੇ ਨੇ। ਮੈਂ ਅੱਗੇ ਵੀ ਉਹਨਾਂ ਦੀ ਜਿਹੜੀ ਮਤਲਬ ਇੰਟਰਵਿਊ ਕੀਤਾ, ਔਰ ਅਗਰ ਉਹ ਕਹਿਣਗੇ ਤਾਂ ਮੈਂ ਉਹਨਾਂ ਦਾ ਜ਼ਰੂਰ ਮਤਲਬ ਜਿਹੜੀ ਵੀ ਉਹਨਾਂ ਦੀ ਆਵਾਜ਼ ਹੈ ਉਹ ਮੈਂ ਬਚਾਵਾਂਗਾ। ਉਹਨਾਂ ਕੋਲ ਕੋਈ ਸਬੂਤ ਹੋਇਆ ਤਾਂ ਉਹ ਵੀ ਮੈਂ ਆਪਣੇ ਚੈਨਲ 'ਤੇ ਜ਼ਰੂਰ ਦਿਖਾਵਾਂਗਾ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ। ਲੇਕਿਨ ਮੈਂ ਕਹਾਂਗਾ ਲਾਡਾ ਜੀ ਨੂੰ ਕਿ ਲਾਡਾ ਜੀ ਅਗਰ ਤੁਹਾਡੇ ਕੋਲ ਸਬੂਤ ਹੈ ਨੇ ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਹਨਾਂ ਸਬੂਤਾਂ ਨੂੰ ਜਿਹੜਾ ਉਹ ਸਾਹਮਣੇ ਲਿਆਓ। ਔਰ ਜਿਹੜਾ ਉਹ ਬਲਕਿ ਉਹਨਾਂ ਕਿਹਾ ਜੀ ਉਹ ਸਾਨੂੰ ਤਾਂ ਉਸ ਦਿਨ ਇਹ ਕਹਿ ਰਹੇ ਸਨ ਜੀ ਲਾਡਾ ਜੀ, ਉਹਨਾਂ ਕਿਹਾ ਜੀ ਇਹਨਾਂ ਨੇ ਅਪੀਲ ਕੀਤੀ ਕਿ ਸਾਨੂੰ ਜਿਹੜੀ ਨਾ ਹੈਲਪ ਜਿਹੜੀ ਹੈ ਮਤਲਬ ਉਹ ਕੀਤੀ ਜਾਏ ਸਾਨੂੰ ਦਿਖਾ ਕੇ। ਲੇਕਿਨ ਜਦੋਂ ਨੰਬਰ ਹੀ ਇਹਨਾਂ ਦਾ ਦਿੱਤਾ ਗਿਆ ਜਾਂ ਇਹਨਾਂ ਦਾ, ਬਾਬਰ ਸਾਹਿਬ ਮੈਨੂੰ ਇਹ ਦੱਸੋ ਇਹ ਪਬਲਿਕ ਹੈ, ਸਾਰੀ ਦੁਨੀਆ ਵੇਖ ਰਹੀ ਹੈ ਸਾਨੂੰ ਇਸ ਤਰ੍ਹਾਂ? ਅਸੀਂ ਆਪਣੇ ਕੈਮਰੇ ਦੇ, ਅਸੀਂ ਬੈਕ 'ਤੇ ਬੈਠੇ, ਫਰੰਟ 'ਤੇ ਵੀ ਕੈਮਰੇ 'ਤੇ ਅਸੀਂ ਬੈਠੇ, ਦੁਨੀਆ ਸਾਨੂੰ ਵੇਖ ਰਹੀ ਹੈ ਜੀ, ਦੇਖ ਰਹੀ। ਹੁਣ ਤੁਸੀਂ ਦੇਖੋ, ਤੁਸੀਂ ਮੇਰਾ ਇੰਟਰਵਿਊ ਲੈਣਾ ਹੈ, ਤੁਸੀਂ ਮੇਰਾ ਪ੍ਰੋਗਰਾਮ ਕਰ ਰਹੇ ਹੋ ਕਿ ਤੁਸੀਂ ਮੇਰੇ ਕੋਲ ਸੱਚਾਈ ਪੁੱਛਣੀ ਸੀ ਕਿ ਦਰਅਸਲ ਹਕੀਕਤ ਕੀ ਹੈ? ਹਕੀਕਤ ਕੀ ਹੈ? ਠੀਕ ਹੈ, ਮੈਂ ਤੁਹਾਨੂੰ ਦੱਸ ਦਿੱਤੀ ਹੈ। ਹੁਣ ਮੈਂ ਕੈਮਰੇ ਦੇ ਸਾਹਮਣੇ ਆਪਣੀ ਹਕੀਕਤ ਮੈਂ ਜੋ ਦੱਸਾਂਗੀ ਪਬਲਿਕ ਨੂੰ, ਮੈਂ ਆਪਣੇ ਮੂੰਹ ਆਪਣਾ ਨੰਬਰ ਦੱਸਾਂਗੀ, ਮੇਰਾ ਜੋ ਚੀਜ਼ ਹੋਏਗੀ, ਮੇਰੇ ਘਰ 'ਚ ਕਿੰਨੀਆਂ ਚੀਜ਼ਾਂ ਨੇ ਮੈਂ ਦੱਸਾਂਗੀ, ਇਹ ਮੇਰਾ ਘਰ ਹੈ, ਬਾਬਾ ਸਾਹਿਬ ਮੇਰੇ ਘਰ ਆਏ ਨੇ, ਇਹ ਹਕੀਕਤ ਹੈ। ਜਾਂ ਲੋਕ ਸਿਰਫ ਇਸ ਚੀਜ਼ 'ਤੇ ਇਮੈਜਿਨ ਕਰਨਗੇ ਜਾਂ ਸੋਚਣਗੇ, ਅੱਛਾ ਹਨੀ ਸ਼ਹਿਜ਼ਾਦੀ ਬਾਬਰ ਕੋਲ ਗਈ ਹੈ, ਹਨੀ ਸ਼ਹਿਜ਼ਾਦੀ ਬਾਬਰ ਦਾ ਇੰਟਰਵਿਊ ਲੈਣ ਗਈ, ਹਨੀ ਸ਼ਹਿਜ਼ਾਦੀ ਨੇ ਬਾਬਰ ਨੂੰ ਇੰਝ ਕਿਹਾ, ਬਾਬਰ ਕਿਉਂ ਲੋਕ ਉੱਧਰ ਸੋਚ ਰਹੇ? ਲੋਕ ਇਹ ਕਿਉਂ ਨਹੀਂ ਸੋਚ ਰਹੇ ਕਿ ਮੈਂ ਡਾਇਰੈਕਟ ਪਬਲਿਕ ਨੂੰ ਕਹਿ ਰਹੀ ਹਾਂ ਕਿ ਬਈ ਮੇਰਾ ਨੰਬਰ ਹੈ? ਬਾਬਰ ਤਾਂ ਸਿਰਫ ਇਹ ਕਹਿ ਰਿਹਾ ਕਿ ਤੁਸੀਂ ਹਨੀ ਸ਼ਹਿਜ਼ਾਦੀ ਦੀ ਮਦਦ ਕਰਨੀ। ਹਾਂ ਠੀਕ ਹੈ, ਮੈਂ ਤਾਂ ਤੁਹਾਨੂੰ ਦੇਖੋ ਨਾ ਜੀ ਉਹ ਕੈਮਰਾ ਓਪਨ ਹੈ, ਮੈਂ ਕਿਹਾ ਜੀ ਤੁਸੀਂ ਜੋ ਹੈ ਦੱਸ ਦਿਓ ਤੇ ਮੈਂ ਦੱਸ ਦਿਓ, ਸੋ ਤੁਸੀਂ ਦੱਸ ਦਿੱਤਾ ਤੇ ਹੁਣ ਮੈਂ ਦੱਸਿਆ ਨਾ, ਹੁਣ ਇਹ ਤਾਂ ਨਹੀਂ ਕਹਿ ਸਕਦੀ ਕਿ ਮੈਂ ਬਾਬਰ ਨੇ ਜ਼ਬਰਦਸਤੀ ਕੋ ਆਇਆ ਜੀ ਜੀ ਸਰ, ਸਮਝੇ ਨਾ ਜੀ, ਅੰਡਰਸਟੈਂਡ ਕਰੋ ਮੇਰੀ ਗੱਲ। ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ, ਤੇ ਇਹੀ ਮੀਰਾ ਨਾਲ ਹੋਇਆ, ਮੀਰਾ ਨੇ ਖੜੇ ਹੋ ਕੇ ਸਿਰਫ ਇੰਨੀ ਗੱਲ ਕੀਤੀ, ਤੁਸੀਂ ਹਰ ਚੈਨਲ ਤੇ ਦੇਖ ਸਕਦੇ ਹੋ। ਯਾਰ ਮੈਂ ਚੈਨਲ ਤੇ ਬੈਠ ਕੇ ਸਾਹਮਣੇ ਕਹਿ ਰਹੀ ਹਾਂ, ਵਿਦ ਪ੍ਰੂਫ ਗੱਲ ਕਰ ਰਹੀ ਹਾਂ ਕਿ ਤੁਸੀਂ ਲਾਡੇ ਦੇ ਮੀਰਾ ਦੇ ਪ੍ਰੋਗਰਾਮ ਕੱਢ ਕੇ ਚੈਨਲਸ ਦੇ ਦੇਖ ਲਓ, ਉਹਦੇ ਉੱਤੇ ਮੀਰਾ ਨੇ ਇੱਕੋ ਗੱਲ ਕੀਤੀ ਕਿ ਯਾਰ ਇਹ ਬਹੁਤ ਗਰੀਬ ਹੈ, ਇਹ ਤਾਂ ਛੋਟੇ ਛੋਟੇ ਬੱਚੇ ਨੇ, ਖੁਦਾਰਾ ਜਿਹਨੇ ਇਹਦੀ ਮਦਦ ਕਰਨੀ ਹੈ, ਲਾਡਾ ਇਹਦਾ ਨੰਬਰ,
ਲਾਡੇ ਨੇ ਆਪ ਦਿੱਤਾ ਹੈ। ਉਹਨੇ ਕਿਹਾ ਜਿਹਨੇ ਰਾਬਤਾ ਕਰਨਾ ਡਾਇਰੈਕਟ ਇਹਦੇ ਨਾਲ ਕਰੋ, ਇਹਨੂੰ ਕਾਲ ਕਰੋ। ਕੋਈ ਦਾਲ, ਕੋਈ ਚਾਵਲ, ਕੋਈ ਸੌ ਕੁ ਹਜ਼ਾਰ, ਮੈਂ ਲੱਖਾਂ ਰੁਪਇਆ ਨਹੀਂ ਕਹਿ ਰਹੀ, ਜਿਸ ਦੀ ਜਿਤਨੀ ਤਫੀਕ ਹੈ ਇਹਦੀ ਮਦਦ ਕਰੋ ਤਾਂ ਕਿ ਇਹਦੀ ਇੱਕ ਛੱਤ ਬਣ ਜਾਵੇ। ਇੱਕ ਸਟਾਰ ਕਹਿ ਰਹੀ ਹੈ। ਜਜ਼ਾਕੱਲਾ ਨਾਦਰੀ ਨਾ, ਸਿਆਣੇ ਕਹਿੰਦੇ ਨੇ ਕਹਿਣ ਦਾ ਹੀ ਫਰਕ ਹੁੰਦਾ। ਜਿਹੜੀ ਗੱਲ ਮੈਂ ਕਹਾਂਗਾ ਉਹਦਾ ਅਸਰ ਕੋਈ ਹੋਰ ਹੋਏਗਾ, ਜਿਹੜੀ ਗੱਲ ਹਨੇ ਜੀ ਕਹਿਣਗੇ ਇਹਨਾਂ ਦਾ ਅਸਰ ਕੋਈ ਹੋਰ ਹੋਏਗਾ, ਜਿਹੜੀ ਗੱਲ ਮੀਰਾ ਜੀ ਕਹਿਣਗੇ ਉਹਦਾ ਅਸਰ ਕੋਈ ਹੋਰ ਹੋਏਗਾ, ਜਿਹੜੀ ਗੱਲ ਸਾਡੇ ਪਾਕਿਸਤਾਨ ਦੇ ਲੀਜੈਂਡ ਸ਼ਾਨ ਸਾਹਿਬ ਕਹਿਣਗੇ ਉਹ ਗੱਲ ਦਾ ਅਸਰ ਕੋਈ ਹੋਰ ਹੋਏਗਾ। ਜਿਸ ਤਰ੍ਹਾਂ ਕਿ ਮੈਂ ਕੋਸ਼ਿਸ਼ ਕਰਨਾ ਕਿ ਮੈਂ ਕੰਮ ਕਰ ਰਿਹਾ ਅਤੇ ਮੈਂ ਆਪਣੇ ਸੀਨੀਅਰਸ ਨੂੰ ਨਾਲ ਰੱਖਾਂ, ਕਿਉਂਕਿ ਉਹਨਾਂ ਦੀ ਗੱਲ 'ਚ ਅਸਰ ਹੈ ਔਰ ਉਹਨਾਂ ਦੀ ਗੱਲ 'ਚ ਸੱਚਾਈ ਹੁੰਦੀ ਹੈ। ਤਾਂ ਸੋ ਇਹ ਹੋਵੇ ਕਿ ਮੈਂ ਸਮਝਣਾ ਅਗਰ ਕੋਈ ਕਿਸੇ ਵਾਸਤੇ ਗੱਲ ਕਰਦਾ ਹੈ ਤਾਂ ਉਹ ਬੜਾ ਵੱਡਾ ਦਿਲ ਕਰਕੇ ਔਰ ਬੜੇ ਹੌਸਲੇ ਨਾਲ ਗੱਲ ਕਰਨੀ ਪੈਂਦੀ ਹੈ ਕਿ ਯਾਰ ਇਹਦੇ ਵਾਸਤੇ, ਇਹਦੇ ਵਾਸਤੇ ਕੁਛ ਕਰੋ। ਉਹਦੀ ਵਜ੍ਹਾ ਹੋਵੇ ਜਿਸ ਤਰ੍ਹਾਂ ਅਸੀਂ ਲੋਕਾਂ ਵਾਸਤੇ ਅਪੀਲ ਕਰਦੇ ਹਾਂ ਕਿ ਯਾਰ ਇਹਨਾਂ ਵਾਸਤੇ ਕੁਛ ਕਰੋ, ਅਤੇ ਇਹ ਛੋਟੀ ਜ਼ਿੰਮੇਵਾਰੀ ਨਹੀਂ ਹੈ। ਇਸ ਜ਼ਿੰਮੇਵਾਰੀ ਦਾ ਹਿਸਾਬ ਜਿਹੜਾ ਇਹ ਰੋਜ਼ੇ ਮੈਸ਼ਰ ਵੀ ਦੇਣਾ। ਮਸ਼ਵਰਾ ਜਿਹੜਾ ਉਹ ਇਮਾਨਤ ਹੁੰਦੀ ਹੈ ਅਤੇ ਇਮਾਨਤ ਜਿਹੜੀ ਹੈ ਉਹਦਾ ਹਿਸਾਬ ਰੋਜ਼ੇ ਮੈਸ਼ਰ ਦੇਣਾ ਪਏਗਾ। ਬਾਕੀ ਸੱਚ ਕੀ ਸੀ, ਝੂਠ ਕੀ ਸੀ, ਕਿਹਨੇ ਕੀ ਕਿਹਾ, ਕੀ ਹੋਇਆ, ਉਸ ਸਭ ਕੁਛ ਤੁਹਾਡੇ ਸਾਹਮਣੇ ਰੱਖ ਦਿੱਤਾ। ਹੁਣ ਤੁਸੀਂ ਇਹਦੇ 'ਤੇ ਜ਼ਰੂਰ ਆਪਣੇ ਕਮਿਟਸ ਕਰਨਾ, ਆਪਣੀ ਰਾਏ ਦੇਣਾ। ਪਹਿਲਾਂ ਵੀ ਤੁਸੀਂ ਇੰਟਰਵਿਊ ਦੇਖੇ ਔਰ ਮੁਖਤਲਿਫ ਚੈਨਲਾਂ 'ਤੇ ਵੀ ਦੇਖੇ ਔਰ ਅਸੀਂ ਹਨੀ ਜੀ ਨੂੰ ਸਾਹਮਣੇ ਬਿਠਾ ਕੇ ਜਿਹੜੀ ਗੱਲ ਹੈ ਸੀ ਉਹ ਕਰ ਦਿੱਤੀ ਔਰ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ, ਅਸੀਂ ਇਸ ਗੱਲ ਨੂੰ ਈਜ਼ੀ ਜਾਂ ਹਲਕਾ ਨਹੀਂ ਲਵਾਂਗੇ। ਅਸੀਂ ਫਿਰ ਮੀਰਾ ਜੀ ਨਾਲ ਵੀ ਬੈਠ ਕੇ ਇੱਕ ਗੱਲ ਜਿਹੜੀ ਹੈ ਐਸੇ ਟੋਪਿਕ 'ਤੇ ਅਸੀਂ ਗੱਲ ਕਰਾਂਗੇ ਉਨੀ ਦੇਰ ਤੱਕ, ਅਗਰ ਕੋਈ ਲਾਡਾ ਸਾਹਿਬ ਕੋਈ ਚੀਜ਼ ਹੋਵੇ ਉਹ ਵੀ ਦੱਸਣ, ਤਾਂ ਕਿ ਇਸ ਗੱਲ ਨੂੰ ਕਲੀਅਰ ਕੀਤਾ ਜਾਏ। ਯਾਰ ਅਸੀਂ ਇੱਕ ਦੂਸਰੇ 'ਤੇ ਇਲਜ਼ਾਮਾਤ ਦੀ ਬਾਰਿਸ਼ ਕਰ ਰਹੇ ਹਾਂ, ਵੇਖੋ ਬਦਨਾਮ ਕੌਣ ਹੋ ਰਿਹਾ ਹੈ, ਸਾਡਾ ਦੇਸ਼ ਆਪਣੇ ਆਪ ਨੂੰ, ਆਪਣੀ ਫੀਲਡ ਨੂੰ, ਆਪਣੇ ਟ੍ਰੇਡ ਨੂੰ। ਅੱਲਾਹ ਮਾਫ ਕਰੇ। ਹੁਣ ਇੱਕ ਦੇਖੋ ਜਿਹਦੀ ਜਿਹਨੂੰ ਅੱਲਾਹ ਦੀ ਜ਼ਾਤ ਇੱਜ਼ਤ ਦੇਵੇ ਨਾ ਉਹਦੀ ਇੱਜ਼ਤ ਕਰਨੀ ਚਾਹੀਦੀ ਹੈ। ਬਾਬਰ ਸਾਹਿਬ ਅਗਰ ਮੀਰਾ ਜੀ ਸਟਾਰ ਨੇ ਨਾ, ਉਹ ਇੰਟਰਨੈਸ਼ਨਲ ਸਟਾਰ ਨੇ, ਉਹ ਕੰਮ ਕਰਦੀ ਹੈ, ਉਹ ਉਹਨੂੰ ਰੱਬ ਨੇ ਇੱਜ਼ਤ ਦਿੱਤੀ। ਮੇਰੇ ਕਹਿਣ ਨਾਲ ਉਹਦੀ ਇੱਜ਼ਤ ਘੱਟ ਨਹੀਂ ਜਾਣੀ, ਤੁਹਾਡੇ ਕਹਿਣ ਨਾਲ ਇੱਜ਼ਤ ਘੱਟ ਨਹੀਂ ਜਾਣੀ। ਹੁਣ ਤੂੰ ਆਪਣਾ ਮੁਕਾਬਲਾ ਲਾਡੇ, ਤੂੰ ਉਸਦੇ ਨਾਲ ਤਾਂ ਨਾ ਕਰ, ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਉਹਦੀ ਉਹਦੀ ਵਜ੍ਹਾ ਨਾਲ ਤੂੰ ਫੇਮ ਲੈ ਰਿਹਾ, ਤੂੰ ਹੈ ਕੌਣ ਹੈ? ਪਹਿਲੇ ਤੂੰ ਆਪਣੇ ਆਪ ਨੂੰ ਵੇਖ, ਤੂੰ ਸੋਚ, ਫਿਰ ਇਹ ਵੇਖ ਕੇ ਤੂੰ ਜ਼ਿੰਦਗੀ 'ਚ ਤੁਹਾਡੇ ਨਾਲ ਵੀ ਲਾਡਾ ਸਾਹਿਬ ਨੇ ਕੰਮ ਕੀਤਾ ਨਹੀਂ? ਠੀਕ, ਅਤੇ ਲਾਡਾ ਸਾਹਿਬ ਇਕੱਲੇ ਹੀ ਕੰਮ ਕਰਦੇ ਨੇ ਜਾਂ ਹੋਰ ਵੀ ਕੋਈ? ਨਹੀਂ, ਲਾਡੇ ਨੇ ਮੈਡਮ ਨਰਗਿਸ ਜੀ ਦੇ ਨਾਲ ਬਹੁਤ ਜ਼ਿਆਦਾ ਕੰਮ ਕੀਤਾ। ਬਾਕੀ ਜੂਨੀਅਰ ਕੁੜੀਆਂ ਨੇ ਬਹੁਤ ਸਾਰੀਆਂ, ਉਹਨਾਂ ਨਾਲ ਕੰਮ ਸ਼ੰਮ ਉਹਨਾਂ ਨੂੰ ਕਰਵਾਉਣਾ ਜਾਂ ਕਰਨਾ, ਅਤੇ ਬਸ ਦਿਸ ਐਂਡ ਦੈਟ ਜੀ। ਨਾਜ਼ਰੀਨ, ਲਾਡਾ ਸਾਹਿਬ ਨਾਲ ਸਾਡੀਆਂ ਦੁਆਵਾਂ ਸਾਡੇ ਨਾਲ ਨੇ, ਅੱਲਾਹ ਤਾਲਾ ਉਹਨਾਂ ਵਾਸਤੇ ਆਸਾਨੀਆਂ ਫਰਮਾਏ, ਉਹਨਾਂ ਦੇ ਹਾਲਾਤ ਬਿਹਤਰ ਕਰੇ। ਇਹ ਹਰ ਇਨਸਾਨ ਦਾ ਹੱਕ ਹੈ, ਛੱਤ ਵੀ, ਘਰ, ਸੁੱਖ, ਰੋਟੀ, ਰਿਜ਼ਕ ਹਰ ਇਨਸਾਨ ਦਾ ਹੱਕ ਹੈ। ਔਰ ਅਸੀਂ ਅੱਲਾਹ ਰੱਬੁਲ ਇੱਜ਼ਤ ਕੋ ਦੁਆ ਗੋਵਾਂ, ਅੱਲਾਹ ਤਾਲਾ ਲਾਡਾ ਸਾਹਿਬ ਵਾਸਤੇ ਆਸਾਨੀਆਂ ਪੈਦਾ ਕਰੇ। ਲੇਕਿਨ ਜੋ ਸੱਚ ਹੈ ਉਹ ਅੱਲਾਹ ਰੱਬੁਲ ਇੱਜ਼ਤ ਸਭ ਤੋਂ ਬਿਹਤਰ ਜਾਣਦੇ ਨੇ, ਔਰ ਸ਼ੱਕ ਜਿਹੜਾ ਸੱਚ ਹੈ, ਸੱਚ ਦੀ ਸ਼ਕਲ ਬਿਲਕੁਲ ਸੱਚ ਜੈਸੀ ਹੁੰਦੀ ਹੈ। ਸੋ ਤੁਸੀਂ ਕੀ ਸਾਡੇ ਵੀਵਰਸ ਜਿਹੜੇ ਨੂੰ ਕੀ ਪੈਗਾਮ ਦੇਣਾ ਚਾਹੋਗੇ? ਜੀ, ਮੈਂ ਤੁਹਾਡੇ ਵੀਵਰਸ ਨੂੰ ਇਹ ਪੈਗਾਮ ਦੇਣਾ ਚਾਹਾਂਗੀ ਕਿ ਮੈਂ ਅੱਜ ਤੁਹਾਡੇ ਚੈਨਲ 'ਤੇ ਪਹਿਲੀ ਦਫ਼ਾ ਆਈ ਹਾਂ, ਅਤੇ ਤੁਸੀਂ ਇਹ ਸਾਡਾ ਪ੍ਰੋਗਰਾਮ ਦੇਖਿਓ, ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈੱਲ ਆਈਕੋਨ ਦਾ ਬਟਨ ਜ਼ਰੂਰ ਦਬਾਉਣਾ। ਔਰ ਹਾਂ, ਕਮੈਂਟਸ ਦੇ ਵਿੱਚ ਦੱਸਣਾ ਕਿ ਅਗਰ ਮੇਰੀ ਕੋਈ ਗੱਲ ਤੁਹਾਨੂੰ ਗਲਤ ਲੱਗੀ ਹੋਵੇ, ਜਿੱਥੋਂ ਤੁਹਾਨੂੰ ਫੀਲ ਹੋਇਆ ਹੋਵੇ ਕਿ ਲਾਡਾ ਸੱਚਾ ਹੈ, ਮੀਰਾ ਨੇ ਝੂਠ ਬੋਲਿਆ ਹੈ, ਅਤੇ ਹਨੀ ਸ਼ਹਿਜ਼ਾਦੀ ਨੇ ਉਹਦੀ ਗਲਤ ਤਰਦੀਦ ਕੀਤੀ, ਅਤੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਔਰ ਤੁਹਾਨੂੰ ਉਹਦਾ ਰਿਪਲਾਈ ਵੀ ਮਿਲੇਗਾ। ਔਰ ਬਾਕੀ ਖੁਸ਼ ਰਹੋ ਔਰ ਨੁਕਤਾ ਚੀਨੀਆਂ ਜ਼ਰਾ ਘੱਟ ਕਰ ਦਿਓ। ਰਿਪਲਾਈ ਤੁਸੀਂ ਆਪ ਕਰੋਗੇ ਨਾ? ਆਫ ਕੋਰਸ, ਮੈਂ ਖੁਦ ਕਰਾਂਗੀ ਸਰ, ਮੈਂ ਤੁਹਾਡੇ ਨਾਲ ਹਾਂ ਅਤੇ ਮੈਂ ਰਿਪਲਾਈ ਦਿਆਂਗੀ ਜੀ। ਜਜ਼ਾਕੱਲਾ। ਤੁਹਾਨੂੰ ਕੋਈ ਵੀ ਤੁਸੀਂ ਕਿਸੇ ਸਵਾਲ ਦਾ ਜਵਾਬ ਲੈਣਾ ਜੀ, ਤੁਹਾਨੂੰ ਪ੍ਰੋਪਰ ਰਿਪਲਾਈ ਮਿਲੇਗਾ ਜੀ, ਇਨਸ਼ਾਅੱਲਾ। ਔਰ ਇਸ ਤੋਂ ਬਾਅਦ ਤੁਸੀਂ ਬੇਸ਼ੱਕ ਮੈਨੂੰ ਗੁਜਰਾਤ ਆਉਣਾ ਪਿਆ ਅਤੇ ਮੈਂ ਗੁਜਰਾਤ ਆ ਜਾਏਗੀ ਡਰਾਈਵ ਕਰਕੇ, ਕੋਈ ਇਸ਼ੂ ਨਹੀਂ। ਹਨੀ ਸ਼ਹਿਜ਼ਾਦੀ ਜੀ ਦਾ ਜਨਾਬ ਜਿਹੜਾ ਨਾ ਜੀ, ਇੱਕ ਲਾਈਫ ਸਟੋਰੀ ਮੁਕੰਮਲ, ਉਹ ਤੁਸੀਂ ਮੇਰੇ ਚੈਨਲ 'ਤੇ ਦੇਖ ਸਕੋਗੇ ਚੰਦ ਦਿਨਾਂ ਤੱਕ। ਉਹ ਤੁਸੀਂ ਜ਼ਰੂਰ ਦੇਖਣਾ ਇਹਨਾਂ ਦੀ ਮੁਕੰਮਲ ਲਾਈਫ ਸਟੋਰੀ ਕਿ ਹਨੀ ਸ਼ਹਿਜ਼ਾਦੀ ਜੀ ਨੇ ਕਿਵੇਂ ਆਗਾਜ਼ ਕੀਤਾ, ਕਿਸ ਤਰ੍ਹਾਂ ਸਫ਼ਰ ਤੈਅ ਕੀਤਾ ਔਰ ਅੱਜ ਇਹਨਾਂ ਦਾ ਸਫ਼ਰ ਕਿੱਥੇ ਜਾ ਰਿਹਾ ਔਰ ਉਹਦੀ ਕੀ ਮੰਜ਼ਿਲ ਹੈ। ਇਹ ਸਾਰੀਆਂ ਗੱਲਾਂ ਅਸੀਂ ਇਹਨਾਂ ਨਾਲ ਕਰਾਂਗੇ ਇਹਨਾਂ ਦੀ ਲਾਈਫ ਸਟੋਰੀ 'ਤੇ। ਠੀਕ ਹੈ ਜੀ।
उदों तक इंतजार करना और लाइक करना, कमेंट्स करना, तुहाडे बैकअप का सानू इंतजार रहेगा शिद्दत नाल और बेचैनी नाल। चलदे चलदे प्यारे देश दे नाल एक प्यारा जनारा, पाकिस्तान जिंदाबाद।